ਹੰਦੀ ਜੀ ਸਾਸੀ ਕਾਲ ਸਾਰੇ ਭਰਾਵਾਂ ਨੂੰ ਫਿਰ ਤੋਂ ਠੀਕ ਠਾਕ ਆ ਮੱਝ ਬਣੀ ਹੋ ਡੇਢ ਸਾਲ ਬਾਅਦ ਆ ਜਿਹੜੀ ਅੱਜ ਚੈੱਕ ਕੀਤੀ ਐ 8 ਮਹੀਨੇ ਦੀ ਆ ਛੋਟੀ ਦੀ ਆਪਾਂ ਇੱਕ ਵਾਰੀ ਪਹਿਲਾਂ ਵੀਡੀਓ ਬਣਾਈ ਸੀ ਇਹ ਛੋਟੀ ਨੂੰ ਹੁਣ 4 ਮਹੀਨੇ 3 ਦੇ ਕਰੀਬ 3.5 ਤੋਂ 4 ਦੇ ਕਰੀਬ ਜਾ ਰਹੀ ਐ ਇਹ ਛੋਟੀ ਵੀ 2 ਸਾਲ ਬਾਅਦ ਬਣੀ ਸੀ ਦੀ ਵੀਡੀਓ ਅੱਗੇ ਬਣੀ ਐ ਇਹਦੇ ਨਾਲ ਹੀ ਆ ਜਿਹੜੀ ਮੱਝ ਆ ਇਹ ਡੇਢ ਸਾਲ ਹੋ ਗਿਆ ਸੀ ਡੇਢ ਦੋ ਸਾਲ ਹੋ ਗਏ ਇਹਨੂੰ ਵੀ ਸੂਈ ਨੂੰ ਤੇ ਇਹ ਪਹਿਲੀ ਗੱਲ ਤੇ ਹੀ ਉੱਤੇ ਨਹੀਂ ਆਂਦੀ ਬੋਲਦੀ ਨਹੀਂ ਫਿਰ ਇਹਨੂੰ ਪਾウダー ਪਾウダー ਵਗੈਰਾ ਸੀਆਰਐਸ ਡੀ ਵਰਮਿੰਗ ਕਰਾਈ ਹਿੱਟ ਤੇ ਆਈ ਤੇ ਫਿਰ ਇਹਨੂੰ ਮੈਂ ਏਆਈ ਕੀਤੀ 2 ਦਿਨ ਤੇ ਅੱਜ ਇਹ ਵੀ ਗੱਪਣ ਹੋ ਚੁੱਕੀ ਆ ਵਧੀਆ ਲੱਗਦਾ ਯਾਰ ਜਦੋਂ ਰਿਜ਼ਲਟ ਆਉਂਦੇ ਆ ਨਾ ਇਦਾਂ ਪਹਿਲੇ ਛੋੜ ਤੇ ਹੀ ਗੱਪਣ ਠੀਕ ਹੈ ਨਾ 1.5 ਸਾਲ ਪਹਿਲਾਂ ਬੋਲੀ ਨਹੀਂ ਤੇ ਜੇ ਬੋਲੀ ਆ ਤਾਂ ਫਿਰ ਨਾਲ ਦੀ ਨਾਲ ਹੀ ਗੱਪਣ ਕਰਤੀ ਆਪਾਂ ਇਹ ਕਿਰਪਾ ਹੁੰਦੀ ਆ ਸਾਰੀ ਉਹਦੀ ਜਦੋਂ ਉਹਦੀ ਕਿਰਪਾ ਹੋਵੇ ਫਿਰ ਹੁੰਦਾ ਆ ਚੋਟੀ ਹੋਇਆ ਇਹ 3:30-4 ਦੇ ਕਰੀਬ ਜਾ ਰਹੀ ਹੈ ਕੱਬਣ ਤੇ ਇੱਥੇ ਵੀ ਅੱਜ ਕਿਰਪਾ ਕਰਤੀ ਹੈ 1.5 ਸਾਲ ਬਾਅਦ ਚਲੋ ਕਰਦੇ ਹਾਂ 2 ਕੁ ਮਿੰਟ ਆਪਾਂ ਬਹੁਤੀ ਗੱਲ ਨਹੀਂ ਲੰਮੀ ਕਰਨੀ ਭਾਈ ਨਾਲ ਵੀ ਕਰਾਂਗੇ ਗੱਲ 2 ਕੁ ਮਿੰਟ ਕਿੰਨਾ ਕਿ ਪਾਊਡਰ ਪਾਊਡਰ ਚਾਰਿਆ ਕਿੰਨਾ ਚਰੋ ਹੋ ਗਿਆ ਭਲਾ ਇਹਨੂੰ ਹਨਾ ਤੇ ਅੱਜ ਚੈੱਕ ਕੀਤੀ ਚਲੋ ਮੈਂ ਆਇਆ ਹਾਂ ਮੈਂ ਚਲੋ ਰਿਕਾਰਡ ਕਰਨਾ ਚਾਹੀਦਾ ਤੇ ਆਪਣੇ ਭਰਾਵਾਂ ਨੂੰ ਦੱਸਣਾ ਚਾਹੀਦਾ ਇਹਦੇ ਬਾਰੇ ਵੀ ਚਲੋ ਹੋਰ ਸੁਣਾਉ ਠੀਕ ਠਾਕ ਸਾਰੇ ਮੇਰੇ ਭਰਾ ਲਾਈਕ ਲੂ ਕਰਦਿਆ ਕਰੋ ਯਾਰ ਵੀਡੀਓ ਨੂੰ ਹਾਂਜੀ ਭਾਈ ਕਹਿੰਦੇ ਨਹੀਂ ਆਉਣਾ ਵੀਡੀਓ ਚ ਚਲੋ ਮੈਂ ਆਵਾਜ਼ ਜੋ ਨਾਲ ਲੈ ਲੈਣਾ ਭਾਈ ਦੀ ਭਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੁਈ ਸਾਈ ਨੂੰ ਇਹਨੂੰ ਸੁਈ ਨੂੰ 1.5 ਸਾਲ ਹੋ ਗਿਆ ਤੇ ਤਿੰਨ ਕਿੱਟਾਂ ਦਿੱਤੀਆਂ ਨੇ ਨਹੀਂ ਇਹ ਬੋਲਦੀ ਬਾਲਦੀ ਤੇ ਮੁਰਗੇ ਪਾਉਡਰ ਹੀ 1 ਕਿਲੋ ਚਾਰ ਰਿਹਾ ਹਾਂ ਹਾਂ ਤੇ ਅੱਜ ਚੱਕ ਪੈਸ ਹੋਈ ਹੈ ਮਹਾਰਾਜ ਦੀ ਕਿਰਪਾ ਕਰਦੀ ਗੁਰੂ ਨਾਨਕ ਪਾਸ਼ਾ ਚਲੋ ਪਾਊਡਰ ਚਾਰ ਰਿਹਾ ਜੋ ਵੀ ਆਪਾਂ ਦਵਾਈ ਦੂਈ ਦਸੀ ਤੁਹਾਨੂੰ ਤੁਈ ਹਣਾ ਦਿੱਤੀ ਏ ਹਾਂਜੀ ਤੇ ਅੱਜ ਨਿਕਲ ਆਈ ਹੈ ਮੱਝ ਵੀ ਹਣਾ ਅੱਗੇ ਆਪਾਂ ਝੋਟੀ ਨੂੰ ਕਿੰਨੇ ਪਹਿਲਾਂ ਟੀਕੇ ਭਰਾਈ ਝੋਟੀ ਬਣੀ ਅੱਜ ਇਹ ਨਾਲ ਮੱਝ ਵੀ ਗੱਭਣ ਹੋ ਗਈ ਹੈ ਤੇ ਵਧੀਆ ਲੱਗਾ ਹਾਂਜੀ ਬਿਲਕੁਲ ਵਧੀਆ ਜੀ। ਹਾਂਜੀ ਕਿਰਪਾ ਮਾਲਕ ਦੀ। ਕੰਮਕਾਰ ਕਿਦਾਂ ਆਪਣਾ ਦਾ ਇਹ ਵੀ ਦੱਸ ਦੋ ਮੜਾ ਜਾ ਹੁਣ। ਕੰਮਕਾਰ ਬਹੁਤ ਵਧੀਆ ਜੀ। ਹਾਂ? ਚਲੋ ਸਭ ਦਾ ਕੰਮਕਾਰ। ਬਹੁਤ ਵਧੀਆ। ਚੜਦੀ ਕਲਾ। ਚੜਦੀ ਕਲਾ ਚੜਦੀ ਕਲਾ। ਕਿਰਪਾ ਚਲੋ ਠੀਕ ਹੈ ਭਾਜੀ ਓਕੇ ਜੀ ਧੰਨਵਾਦ ਬਹੁਤ। ਚਲੋ ਭਾਜੀ ਨੇ ਨਹੀਂ ਆਉਣਾ ਵੀਡੀਓ ਦੇ ਵਿੱਚ ਮੈਂ ਆਵਾਜ਼ ਰਿਕਾਰਡਿੰਗ ਕਰ ਲਈ ਐ। ਤੇ ਬਾਕੀ ਚਲੋ ਮੈਂ ਫਟੇ ਬੁਲਾਉਣਾ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਉ ਠੀਕ ਠਾਕ। ਇਹ ਕਰਕੇ ਕਈ ਰੀ ਦੱਸਾ ਕੀ ਹੁੰਦਾ ਵਾ ਕਿ ਆਪਣੇ ਵੀਰ ਭਰਾ ਨਹੀਂ ਕੈਮਰੇ ਸਾਹਮਣੇ ਆਉਣਾ ਚਾਹੁੰਦੇ ਤੇ ਇਸ ਕਰਕੇ ਮੈਂ ਥੋੜੀ ਜੀ ਉਹਨਾਂ ਦੀ ਨਾਲ ਹੀ ਉਹਨਾਂ ਨੂੰ ਰਿਕਾਰਡਿੰਗ ਦੇ ਵਿੱਚ ਲੈ ਲਿਆ ਗੱਲਬਾਤ ਕੀਤੀ ਉਹਨਾਂ ਨੇ ਇਹ ਵੀਡੀਓ ਤਾਂ ਮੈਂ ਬਣਾ ਰਿਆ ਵਾ ਕਿ ਮਤਲਬ ਉਹ 1.5 ਸਾਲ ਤੋਂ ਬੋਲੀ ਨਹੀਂ ਮੱਜ ਕਟਾਂ-ਕਟਾਂ ਦਿੱਤੀਆਂ ਪਤਾ ਨਹੀਂ ਕੀ ਕੋਈ ਦਿੱਤਾ ਉਹਨੂੰ ਤੇ ਮੇਰੇ ਜਦੋਂ ਮੈਂ ਬਾਅਦ ਚ ਝੋਟੀ ਤੋਂ ਬਾਅਦ ਇਹਦਾ ਨੰਬਰ ਲਾਇਆ ਇਹਨੂੰ ਵੀ ਪਾウダー-ਪਾウダー ਨਾਲ ਹੀ ਖਵਾ ਲਿਆ ਡੀ-ਵਰਮਿੰਗ ਕਰਵਾਈ ਤੇ ਪਹਿਲੇ ਛੋਟ ਤੇ ਗੱਬਣ ਕਰਕੇ ਅੱਜ ਢਾਈਆਂ ਮਹੀਨਿਆਂ ਦੀ ਪਾਸ ਕਰਤੀ। ਦਜੀ ਗੱਲ ਹੋ ਕੇ ਜਦੋਂ ਹੀਟ ਤੇ ਆਈ ਹੀ ਫਿਰ ਮੈਂ ਦੇਖ ਲਿਆ ਹੈ ਕਿ ਇਹਨੂੰ ਆਪਾਂ ਦਵਾਈ ਕਰਨੀ ਆ ਜਾਂ ਟੀਕਾ ਕਰਨਾ ਕਿਉਂਕਿ ਤਾਰਾ ਬਿਲਕੁਲ ਸਾਫ਼ ਹੀ ਡਿੰਗ ਕੇ ਬੋਲ ਕੇ ਹੀਟ ਤੇ ਆਈ ਵਧੀਆ ਪਰ ਮੈਂ ਫੈਸਲਾ ਕੀਤਾ ਕਿ ਮੈਂ ਟੀਕੇ ਵਾਲੇ ਬੰਨੇ ਜਾਵਾਂ। ਟੀਕਾ ਕੀਤੇ ਉਹ ਜਨਵਾਰ ਅੱਜ ਗੱਬਣ ਹੋ ਗਿਆ ਤੇ ਮੈਨੂੰ ਸ਼ੱਕ ਜਾਪਦਾ ਤਾਂ ਫਿਰ ਮੈਂ ਦਵਾਈ ਕਰਦਾ ਉਹਨੂੰ ਹਨਾ ਤੇ ਇਸ ਕਰਕੇ ਮਤਲਬ ਥੋੜੀ ਜੀ ਉਹਨਾਂ ਦੀ ਆਵਾਜ਼ ਪੂਜ ਲਈ ਨਾਲ ਧੰਨਵਾਦ ਦੱਸ ਦਾਂ ਕਿ ਆਹ ਕੁਝ ਆਪਾਂ ਮੱਜ ਨਾਲ ਕੀਤਾ ਵਾ ਕੀਤਾ ਕੁਝ ਨਹੀਂ ਡੀ ਵਰਮਿੰਗ ਹੋਈ ਆ ਤੇ ਸੀਆਰਐਸ ਦਿੱਤਾ ਤਾਂ ਮੱਜ ਪਾਸ ਅੱਜ ਬਾਕੀ ਹੱਥ ਸਾਡੇ ਉਹਦੀ ਕਿਰਪਾ ਇਹ ਚੀਜ਼ਾਂ ਵੀ ਨਾਲ ਜ਼ਰੂਰੀ ਨੇ ਠੀਕ ਹੈ ਜੀ ਤੇ ਬਾਕੀ ਵਧੀਆ ਲੱਗਦੀ ਹੁੰਦੀ ਵੀਡੀਓ ਤੇ ਲਾਈਕ ਕਰਿਆ ਕਰੋ ਅਰੇ ਜੂਨੀਅਰ ਚੈੱਕ ਪਾਸ ਹੋਣੀਆਂ ਜੂਨੀਅਰ ਟਾਈਮ ਹੁੰਦਾ ਜਾਨਵਰ ਦਾ ਬੜੀਆਂ ਦੇ ਸਿੰਘ ਬੜੀਆਂ ਦਾ ਮਤਲਬ ਬੜੇ کیس ਇਦਾਂ ਦੇ ਨੇ ਜਿਨ੍ਹਾਂ ਨੂੰ ਮੈਂ ਮਤਲਬ ਇਹੋ ਹੀ 2-2 3-3 ਸਾਲ ਤੋਂ ਟ੍ਰੀਟਮੈਂਟ ਚੱਲ ਰਿਹਾ ਕਿ ਅਦੀ ਈਆਈ ਹੋਈ ਆ ਜਿਉਂ ਨਿਉ ਟਾਈਮ ਹੋਊਗਾ ਫਿਰ ਮੈਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਜਿਉਂ ਜਿਉ ਉਹਦੀ ਕਿਰਪਾ ਹੋਈ ਗੁਰੂ ਰਾਮਦਾਸ ਦੀ ਇਹ ਜੇ 10 ਗਾਈਆਂ ਨੂੰ ਮੈਂ ਕੀਤਾ ਨਾ ਇਹ ਕੰਮ ਮੇਰੇਆਂ ਨੌ ਪਾਸ ਹੁੰਦੀਆਂ ਨੇ ਵਿੱਚੋਂ ਇੱਕ ਹੋ ਸਕਦਾ ਜਵਾਬ ਦੇ ਜੇ ਜਿਹੜੀ ਜਵਾਬ ਦੇ ਜਾਂਦੀ ਆ ਉੱਤੇ ਫਿਰ ਜਿਹੜਾ ਮਰਜ਼ੀ ਲੱਗਾ ਰਹੇ ਉਹ ਨਹੀਂ ਕੁਝ ਹੋ ਸਕਦਾ ਉਹਦਾ ਠੀਕ ਹੈ ਜੀ ਤੇ ਬਾਕੀ ਉਹਤੇ ਬੜਾ ਜਕੀਨਿਆ ਵਿਸ਼ਵਾਸ ਆ ਸਾਨੂੰ ਤੇ ਮੇਰੇ ਭਰਾ ਲਾਈਕ ਕਰਿਆ ਕਰੋ ਵੀਡੀਓ ਸਪੋਰਟ ਕਰਿਆ ਕਰੋ ਠੀਕ ਹੈ ਜੀ ਬਾਕੀ ਲਾਈਵ ਆਇਆ ਕਰਾਂਗੇ ਹੁਣ ਜਲਦੀ ਹਫਤੇ ਚ ਇੱਕ ਦੋ ਵਾਰ ਹੀ ਲਾਈਵ ਆਣ ਕੇ ਗੱਲਾਂបੱਤਾਂ ਕਰਿਆ ਕਰਾਂਗੇ ਜੋ ਤੁਹਾਡੇ ਸਵਾਲ ਜਵਾਬ ਆ ਤੁਸੀਂ ਕਰ ਲਿਆ ਕਰੋ ਆਪਾਂ ਨਾਲ ਦੀ ਨਾਲ ਜਵਾਬ ਦਿਆ ਕਰਾਂਗੇ ਠੀਕ ਹੈ ਜੀ ਓਕੇ ਠੰਡ ਬੜੀ ਆ ਤੁਹਾਨੂੰ ਪਤਾ ਫਿਰ ਆਪਣੇ ਆਪ ਨੂੰ ਟਕ ਟੁਕ ਕੇ ਰਹਿਣਾ ਪੈਂਦਾ ਇਹ ਕਰਕੇ ਪਰਸ਼ਾਨ ਨਹੀਂ ਆ ਰਹੀ ਹਣੀ ਢਿੱਲੋਂ ਸਾਹਿਬ ਦੀ ਕਿ ਹੋਰ ਹੀ ਕੋਈ ਵੀਡੀਓ ਬਣਾਈਆਂ ਦਾ ਚਲੋ ਠੀਕ ਹੈ ਮੇਰੇ ਵੀਰ ਭਰਾ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ